हाँ जी दोस्तों, सत श्री अकाल दोस्तों। अज की वीडियो दे विच आपां गल करांगे कि जिहड़े करेले ने, कद्दू, अल्लां वगैरह ने, उन्हां दा फल लगणों हट गया जां फिर फल गल रहे ने, फुल सुक रहे ने ते पत्ते मुरझा रहे ने सब्जियां दे। ते इस तों इलावा जिवें भिंडियां वगैरह ने, खास करके खेतां दे जिहड़े वड्डे पद्धर ते किसान बिजाई करदे ने सब्जियां दी, ਉਹਨਾਂ ਨੂੰ ਇਹਨਾਂ ਦਿਨਾਂ ਦੌਰਾਨ, ਮਾਨਸੂਨ ਦੇ ਦਿਨਾਂ ਦੌਰਾਨ ਜ਼ਬਰਦਸਤ ਨੁਕਸਾਨ ਹੋਇਆ ਅਤੇ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਜਿੰਨੀ ਮੰਗ ਹੈ ਓਨੀ ਸਬਜ਼ੀ ਪੈਦਾ ਨਹੀਂ ਹੋ ਰਹੀ, ਸਬਜ਼ੀਆਂ ਖਰਾਬ ਜ਼ਿਆਦਾ ਹੋ ਰਹੀਆਂ ਨੇ ਅਤੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ, ਖਰਚੇ ਵੱਧ ਰਹੇ ਨੇ ਅਤੇ ਕਿਸਾਨ ਕਾਫੀ ਜ਼ਿਆਦਾ ਨਿਰਾਸ਼ ਨੇ। ਆਪਾਂ ਘਰੇਲੂ ਬਗੀਚੀ ਦੀ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਸੀ, ਜਿਹਦੇ ਵਿੱਚ ਧੂਫ ਵਗੈਰਾ, ਇਸ ਤੋਂ ਇਲਾਵਾ ਹੋਰ ਉੱਲੀ ਨਾਸ਼ ਕਿਹੜੇ ਨੇ ਆਪਾਂ ਵਰਤਣ ਦੀ ਗੱਲਬਾਤ ਸਾਂਝੀ ਕਰੀ ਤੁਹਾਡੇ ਨਾਲ। ਪਰ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜਾ ਫਲ ਲੱਗਣੋਂ ਹਟ ਗਿਆ ਇਕਦਮ, ਉਹ ਵਧੇਰੇ ਇੱਕ ਸਟ੍ਰੈੱਸ ਦੀ ਵਜ੍ਹਾ ਤੋਂ ਹੈ, ਅਤੇ ਆਪਾਂ ਇਹਨਾਂ ਦਿਨਾਂ ਦੌਰਾਨ ਐਂਟੀ ਸਟ੍ਰੈੱਸ ਜਿਹੜੇ ਔਰਗੈਨਿਕ ਰੂਪ ਦੇ ਵਿੱਚ ਆਪਾਂ ਨੂੰ ਮਿਲਦੇ ਨੇ, ਇਹ ਜੇ ਕਹਿ ਲਈਏ ਦਵਾਈਆਂ ਨੇ, ਔਰਗੈਨਿਕ ਨੇ, ਜਿਨ੍ਹਾਂ ਦਾ ਮਨੁੱਖੀ ਸਰੀਰ 'ਤੇ ਮਾੜਾ ਪ੍ਰਭਾਵ ਨਹੀਂ ਪੈਂਦਾ ਜਿਹਾ ਕਿ ਕੰਪਨੀਆਂ ਦਾ ਕਹਿਣਾ। ਅਤੇ ਜਿਵੇਂ ਤੁਸੀਂ ਇਹ ਛੋਟੇ ਛੋਟੇ ਫਲ ਵੇਖ ਰਹੇ ਹੋ, ਸੁੱਕ ਰਹੇ ਨੇ ਜਾਂ ਫਿਰ ਕੁਛ ਇੱਕ ਥਾਵਾਂ 'ਤੇ ਕਿਸਾਨਾਂ ਕੋਲ ਵਧੀਆ ਫਲ ਮਿਲ ਰਿਹਾ, ਨਹੀਂ ਤਾਂ ਬਹੁਤੇ ਥਾਵਾਂ ਦੇ ਉੱਪਰ ਜਿਹੜਾ ਮੌਸਮ ਦੇ ਵਿੱਚ ਇੱਕਦਮ ਬਦਲਾਅ ਆਉਣ ਦੀ ਵਜ੍ਹਾ ਤੋਂ ਜਾਂ ਬੱਦਲਵਾਈ ਵਾਲਾ, ਸਿੱਲ ਵਾਲਾ ਮੌਸਮ ਹੋਣ ਕਾਰਨ ਝਾੜ ਕਾਫੀ ਜ਼ਿਆਦਾ ਘਟ ਗਿਆ, ਅਤੇ ਬਹੁਤੇ ਖੇਤਾਂ ਦੇ ਵਿੱਚ ਝਾੜ ਬਿਲਕੁਲ ਹੀ ਨਾ ਮਾਤਰ ਸਬਜ਼ੀਆਂ ਉੱਤਰ ਰਹੀਆਂ ਨੇ ਅਤੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ। ਅੱਜ ਆਪਾਂ ਇਸੇ ਵਿਸ਼ੇ 'ਤੇ ਗੱਲ ਕਰਾਂਗੇ ਕਿ ਕਿਸਾਨ ਕੀ ਕਰ ਸਕਦੇ ਨੇ ਜੇ ਅਜਿਹਾ ਹੁੰਦਾ। ਜਿਵੇਂ ਤੁਸੀਂ ਇਹ ਫੁੱਲ ਵੇਖ ਰਹੇ ਹੋ, ਅਤੇ ਛੋਟੀ ਜਿਹੀ ਅੱਲ ਲੱਗੀ ਹੋਈ ਹੈ, ਅਤੇ ਇਸ ਦਾ ਅੱਗੋਂ ਫੁੱਲ ਸੁੱਕ ਗਿਆ, ਗਲ ਗਿਆ ਇਹ, ਅਤੇ ਇਸ ਦੇ ਨਾਲ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਕਿ ਪੱਤੇ ਸੁੱਕ ਰਹੇ ਨੇ, ਵੱਡੇ ਵੱਡੇ ਪੱਤੇ ਕੁਮਲਾ ਰਹੇ ਨੇ, 5-4 ਘੰਟਿਆਂ ਦੇ ਵਿੱਚ ਹੀ ਵੇਲਾਂ ਦੇ ਪੱਤੇ ਕੁਮਲਾ ਰਹੇ ਨੇ। ਸੋ ਇਹਦੇ ਵਾਸਤੇ ਆਪਾਂ ਜਿਹੜੀ ਦਵਾਈ ਹੈ, ਜਿਵੇਂ ਆਪਾਂ ਪਹਿਲਾਂ ਔਰਗੈਨਿਕ ਵੇਖੀਏ, ਸਟ੍ਰੈੱਸ ਤੋਂ ਆਪਾਂ ਨੂੰ ਪ੍ਰਭਾਵ ਘਟਾਉਣ ਵਾਸਤੇ, ਜਿਹੜੀਆਂ ਇੱਕਦਮ ਮੌਸਮ ਬਦਲਣ ਨਾਲ ਮਾੜਾ ਪ੍ਰਭਾਵ ਪੈਂਦਾ ਹੈ ਸਬਜ਼ੀਆਂ ਦੇ ਉੱਪਰ, ਉਸ ਦੇ ਵਾਸਤੇ ਆਪਾਂ ਔਰਗੈਨਿਕ ਬਹੁਤ ਕੰਪਨੀਆਂ ਬਣਾਉਂਦੀਆਂ ਨੇ। ਆਪਾਂ ਕੋਈ ਵੀ ਇੱਕ ਇਹ ਜਿਹੜੀ ਔਰਗੈਨਿਕ ਦਵਾਈ ਲਿਆ ਕੇ ਸਪਰੇਅ ਕਰ ਸਕਦੇ ਹਾਂ, ਅਤੇ ਸਟ੍ਰੈੱਸ ਤੋਂ ਜਿਹੜੇ ਇਸ ਤਰ੍ਹਾਂ ਬੂਟੇ ਮੁਰਝਾ ਜਾਂਦੇ ਨੇ, ਫਲ ਲੱਗਣੋਂ ਹਟ ਜਾਂਦੇ ਨੇ, ਅਤੇ ਉਸ ਦੇ ਨਾਲ ਨਾਲ ਜਿਹੜਾ ਗਰੋਥ ਰੁਕ ਜਾਂਦੀ ਹੈ ਬੂਟੇ ਦੀ, ਬੂਟਾ ਪੂਰੀ ਗਰੋਥ ਨਹੀਂ ਕਰਦਾ, ਉਸ ਦੇ ਨੂੰ ਆਪਾਂ ਇਸ ਤਰ੍ਹਾਂ ਕਾਬੂ ਪਾ ਸਕਦੇ ਹਾਂ, ਅਤੇ ਆਪਣੀਆਂ 5-7 ਦਿਨਾਂ ਦੇ ਵਿੱਚ ਹੀ ਸਬਜ਼ੀਆਂ ਇੱਕਦਮ ਫਿਰ ਵਧੀਆ ਲੱਗਣ ਲੱਗ ਜਾਂਦੀਆਂ ਨੇ। ਇਸ ਤੋਂ ਇਲਾਵਾ ਛੋਟੇ ਤੱਤਾਂ ਦੀ ਘਾਟ ਵੀ ਆਉਂਦੀ ਹੈ, ਇਹ ਵੇਖੋ ਤੁਹਾਨੂੰ ਮੈਂ ਪੱਤਾ ਵਿਖਾ ਰਿਹਾ ਵਾਂ, ਵੇਖੋ ਹਰਾ ਪੱਤਾ, ਅਤੇ ਇਹ ਘੁੰਮਲਾ ਗਿਆ, ਇਹ ਸਟ੍ਰੈੱਸ ਦੀ ਵਜ੍ਹਾ ਤੋਂ ਹੈ। ਅਚਾਨਕ ਤਾਪਮਾਨ ਜਿਹੜਾ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਹੋਣਾ, ਫਿਰ ਇੱਕਦਮ ਘੱਟ ਜਾਣਾ, ਅਤੇ ਹੁੰਮਸ ਭਰਿਆ ਮੌਸਮ ਸਿੱਲ ਵਾਲਾ, ਇਹ ਵੇਖੋ ਜਿਵੇਂ ਇਹ ਫੁੱਲ ਗਲ ਰਹੇ ਨੇ, ਇਹਨਾਂ ਦੇ ਵਿੱਚ ਸੁੰਡੀ ਹੈ। ਆਪਾਂ ਸੁੰਡੀ ਤੋਂ ਕਈ ਦਵਾਈਆਂ ਨੇ ਜਿਹੜੀਆਂ ਸੁੰਡੀ ਵਾਸਤੇ ਆਪਾਂ ਵਰਤ ਸਕਦੇ ਹਾਂ, ਅਤੇ ਜੇਕਰ ਸੁੰਡੀ ਦੀ ਦਵਾਈ ਤੁਸੀਂ ਪੁੱਛਣੀ ਵੀ ਚਾਹੋ, ਖੇਤੀਬਾੜੀ ਵਿਭਾਗ ਦੀ ਸਲਾਹ ਲੈ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਕਮੈਂਟਾਂ 'ਚ ਲਿਖ ਸਕਦੇ ਹੋ, ਜਿੰਨਾ ਸੰਭਵ ਹੋਇਆ ਅਸੀਂ ਦੱਸਾਂਗੇ, ਕਿਉਂਕਿ ਇਸ ਤਰ੍ਹਾਂ ਜ਼ਹਿਰਾਂ ਦੀ ਵਰਤੋਂ ਕਰਨੀ ਨਹੀਂ ਚਾਹੀਦੀ, ਪਰ ਮਜਬੂਰੀ ਹੈ ਤਾਂ ਫਿਰ ਅਲੱਗ ਵਿਸ਼ਾ, ਅਤੇ ਉਹ ਵੀ ਆਪਾਂ ਨੂੰ ਸਾਵਧਾਨੀ ਨਾਲ, ਅਤੇ ਜਿਹੜੀ ਵਾਤਾਵਰਨ ਦੇ ਪੱਖ ਦੇ ਵਿੱਚ ਹੋਵੇ ਅਜਿਹੀ ਦਵਾਈ ਦੀ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ। ਅਤੇ ਇਸ ਤੋਂ ਇਲਾਵਾ 13-0-45 ਜਿਹੜਾ ਤੱਤ ਹੈ ਉਸ ਦੀ ਆਪਾਂ ਸਪਰੇਅ ਕਰ ਸਕਦੇ ਹਾਂ, 1 ਕਿਲੋ 1 ਏਕੜ ਦੇ ਵਿੱਚ ਆਪਾਂ ਸਪਰੇਅ ਦੁਹਰਾ ਸਕਦੇ ਹਾਂ ਉਸ ਦੀ, ਉਸ ਦੇ ਨਾਲ ਵੀ ਫਲ ਆਉਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਇੱਕਦਮ ਫਲ ਲੱਗਣੋਂ ਹਟ ਗਿਆ, ਅਤੇ ਉਸ ਦੇ ਨਾਲ ਨਾਲ ਆਪਾਂ ਔਰਗੈਨਿਕ ਜਿਹੜੀ ਦਵਾਈ ਹੈ ਉਹ ਵਰਤਣੀ, ਜਿਹੜੀ ਮੌਸਮ ਬਦਲਣ ਦੇ ਕਾਰਨ ਫਸਲਾਂ 'ਤੇ ਪ੍ਰਭਾਵ ਪੈਂਦਾ ਉਸ ਨੂੰ ਹਟਾ ਦਿੰਦੀ ਹੈ, ਅਤੇ ਇੱਕਦਮ ਫਿਰ ਖੇਤ ਜਿਹੜੇ ਨੇ ਜਾਂ ਬਗੀਚੀਆਂ ਆਪਣੀਆਂ ਠੀਕ ਹੋ ਜਾਂਦੀਆਂ ਨੇ। ਇਹ ਤੁਸੀਂ ਵੇਖ ਵੀ ਰਹੇ ਹੋ, ਬੱਦਲਵਾਈ ਦਾ ਮੌਸਮ ਵੀ ਤੁਹਾਨੂੰ ਨਾਲੇ ਵਿਖਾਇਆ ਜਾ ਰਿਹਾ। ਅਤੇ ਇਸੇ ਤਰ੍ਹਾਂ ਕਰੇਲੇ ਵਗੈਰਾ ਨੇ, ਇਹਨਾਂ ਦੀ ਵੀ ਹਾਲਾਤ ਕੁਛ ਅਜਿਹੇ ਹੀ ਨੇ, ਅਤੇ ਭਿੰਡੀਆਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਵੀ ਇਹਨਾਂ ਦਿਨਾਂ ਦੇ ਦੌਰਾਨ ਜਿਹੜੇ ਨੇ ਕੀੜੇ ਮਕੌੜੇ ਕਾਫੀ ਫਿਰਦੇ ਨੇ, ਪਰ ਕੁਛ ਮਿੱਤਰ ਤੇ ਕੀੜੇ ਹੁੰਦੇ ਨੇ, ਕੁਛ ਖੇਤਾਂ ਦੇ ਦੁਸ਼ਮਣ ਕੀੜੇ ਹੁੰਦੇ ਨੇ। ਕਈ ਵਾਰੀ ਆਪਾਂ ਜਿਹੜੀਆਂ ਜਿੱਦਾਂ ਮਿਥਰੀਨ, ਜਿਨ੍ਹਾਂ ਦੇ ਪਿੱਛੇ ਜਿਹੜਾ ਸਾਲਟ ਲਿਖਿਆ ਹੁੰਦਾ, ਉਹ ਸਾਰੇ ਤਰ੍ਹਾਂ ਦੇ ਮਿੱਤਰ ਕੀੜੇ ਕਈ ਵਾਰੀ ਮਾਰ ਦਿੰਦੀਆਂ ਨੇ, ਉਹੋ ਜਿਹੀਆਂ ਦਵਾਈਆਂ ਤੋਂ ਆਪਾਂ ਨੂੰ ਬਚਣਾ ਚਾਹੀਦਾ। ਅਤੇ ਖੱਟੀ ਲੱਸੀ ਜਿਹੜੀ ਹੈ ਉਸ ਦੇ ਵਿੱਚ ਹਰੀਆਂ ਮਿਰਚਾਂ ਅਤੇ ਹੋਰ ਕਾਲੀਆਂ ਮਿਰਚਾਂ ਵਗੈਰਾ ਪਾ ਕੇ ਹਫ਼ਤਾ ਪੁਰਾਣੀ ਰੱਖੀ ਦੇ ਵਿੱਚ ਸਪਰੇਅ ਕਰ ਸਕਦੇ ਹਾਂ ਘਰੇਲੂ ਬਗੀਚੀਆਂ 'ਚ, ਅਤੇ ਵੱਡੇ ਖੇਤਾਂ ਦੇ ਵਿੱਚ ਆਪਾਂ ਨੂੰ ਦਵਾਈਆਂ ਦੀ ਵਰਤੋਂ ਕਰਨੀ ਪੈ ਸਕਦੀ ਹੈ। ਇਸ ਦੇ ਨਾਲ ਨਾਲ ਤੁਹਾਨੂੰ ਇੱਕ ਹੋਰ ਪ੍ਰੋਡਕਟ ਤੁਸੀਂ ਇਹ ਵੇਖ ਰਹੇ ਹੋ ਜਿਹੜਾ ਕਿ ਫਰੂਟ ਵਾਂਟ ਹੈ, 12-5-27 ਇਸ ਦੇ ਵਿੱਚ ਤੱਤ ਹੈ, ਇਸ ਦੀਆਂ ਆਪਾਂ ਸਪਰੇਹਾਂ ਜਿਹੜੀਆਂ ਨੇ 20 ਦਿਨ ਦੇ ਫਰਕ 'ਤੇ ਕਰ ਸਕਦੇ ਹਾਂ ਦੁਬਾਰਾ,
15-20 दिन बाद आप इसकी स्प्रे कर सकते। इस दे नाल भी झाड़ फुल आउंदा ते फसल एकदम फिर वधिया चुस्त दुरुस्त हो जाती है। मेन जिहड़ा मकसद है अज की वीडियो का यही है कि स्ट्रैस जा कह लिए मौसम के बदलाव के कारण एकदम फल लगन हट गया तो इस ऑरगैनिक दे विच कंपनियां बहुत ने जिन्हां दीआं दवाइयां आपां स्प्रे करके तो इस दबाव नूं मौसम की जिहड़ी मार है उसका असर घटा सकते हैं तो आप बहुत वधिया फल लै सकते हैं। अजिहा मामला जिहड़ा कालियां तोरियां के संबंध में आप कह सकते हैं कुछ घ्यो तोरी कह देंगे ने ते ये तुसी वेख रहे हो फुल फल लगे हुए ने पर फल उन्ना नहीं लग रहा जिन्ना होना चाहिए ये भी मौसम के बदलाव तो है। पर जिहड़ी काली तोरी है इसकी एक गुण है वे कि खराब मौसम के दौरान भी कुछ हद यह उतरती रही है जिथे दूजिया सब्जियां बिल्कुल लगनों हट जाए ने तो शरीर वास्ते भी ये अमृत समान ने। पेठा पहले नंबर पर कद्दू पेठा तो काली तोरी जी है ये शरीर वास्ते सब तो कीमती सब्जियां दे विचों है। पर कई बार आप होर खाने खाने तले हुए तो इन दिनों दौरान आप मानसून के दौरान तो खास करके ध्यान रखना चाहिए साफ सुथरा सोहना खाना खाना चाहिए। तो दोस्तों उम्मीद है तुहानू ये वीडियो कुछ हद तक तुहाडे चंगी लगी होगी तुहानू ते तुसी सानू साथ दिओगे। पिछली वीडियो के वास्ते जिहड़े विदेशों के विचों भी सानू मैसेज आए ने उन्हां दा इन्ना प्यार देने लई बहुत बहुत दिलों धन्नवाद करदे आ ते इहनू शेयर जरूर करो दिओ याज तो बहुत बहुत धन्नवाद।